ਬਾਲੀਵੁੱਡ ਅਦਾਕਾਰਾ ਰਣਦੀਪ ਹੁੱਡਾ ਦਾ ਹੋਇਆ ਵਿਆਹ। ਦੱਸਿਆ ਜਾ ਰਿਹਾ ਹੈ ਕਿ ਰਣਦੀਪ ਹੁੱਡਾ ਆਪਣੀ ਪ੍ਰੇਮੀ ਕਾਲਿਨ ਲੈਸ਼ਰਮ ਨਾਲ ਬੀਤੀ ਦਿਨੀ ਵਿਆਹ ਦੇ ਬੰਧਨ ਵਿੱਚ ਭੱਜ ਗਏ ਨੇ। ਰਣਦੀਪ ਨੇ ਕੁਝ ਦਿਨ ਪਹਿਲਾਂ ਆਪਣੇ ਵਿਆਹ ਦੀ ਪੋਸਟ ਸਾਂਝੀ ਕਰਕੇ ਆਪਣੇ ਫੈਨਸ ਨੂੰ ਇੱਕ ਐਕਸਾਈਟਿੰਗ ਨਿਊਜ਼ ਦਿੱਤੀ ਅਤੇ ਆਪਣੇ ਵਿਆਹ ਦਾ ਕਾਰਡ ਵੀ ਸਾਂਝਾ ਕੀਤਾ। ਬੀਤੀ ਦਿਨੀ ਮਣੀਪੁਰ ਵਿਖੇ ਦੋਵੇਂ ਅਦਾਕਾਰ ਮੇਇਤੀ ਰਿਵਾਜਾਂ ਨਾਲ 7 ਫੇਰੇ ਲੈ ਕੇ ਇੱਕ ਦੂਜੇ ਦੇ ਹੋ ਗਏ। ਰਣਦੀਪ ਦਾ ਵਿਆਹ ਮਣੀਪੁਰੀ ਸਟਾਈਲ ਵਿੱਚ ਹੋਇਆ। ਰਣਦੀਪ ਨੇ ਇਸ ਦੌਰਾਨ ਧੋਤੀ ਕੁੜਤਾ ਪਾਇਆ ਹੋਇਆ ਸੀ ਅਤੇ ਪੱਗ ਬੰਨ੍ਹੀ ਹੋਈ ਸੀ ਅਤੇ ਲੈਸ਼ਰਮ ਰਵਾਇਤੀ ਮਣੀਪੁਰੀ ਪਹਿਰਾਵੇ ਵਿੱਚ ਬਹੁਤ ਹੀ ਜ਼ਿਆਦਾ ਸੁੰਦਰ ਨਜ਼ਰ ਆਈ। ਰਣਦੀਪ ਦੇ ਵਿਆਹ ਵਿੱਚ ਉਹਨਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਿਲ ਹੋਏ। ਮੁੰਬਈ ਵਿੱਚ ਬਾਲੀਵੁੱਡ ਸਿਤਾਰਿਆਂ ਲਈ ਰਿਸੈਪਸ਼ਨ ਪਾਰਟੀ ਹੋਵੇਗੀ।